ਫਸਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਵਾਹ ਬਈ ਵਾਹ, ਕਿਆ ਬਾਤ ਹੈ, ਇਹ ਕੌਣ ਮਿਲ ਗਿਆ? ਹਰੇਕ ਨੂੰ ਕਹਿੰਦਾ ਤੁਹਾਡੇ ਨਾਲ ਮੁਹੱਬਤ ਆ ਬਹੁਤ। ਭਰਾ ਸਾਡਾ ਆ ਗਿਆ ਜੀ, ਬਹੁਤ ਖੁਸ਼ੀ ਹੋਈ ਆ। ਕਿੰਨੀ ਖੁਸ਼ੀ ਹੋਈ ਆ? ਬਹੁਤ ਖੁਸ਼ੀ ਹੋਈ ਆ, ਟਰੱਕ ਭਰ ਕੇ ਆਏ ਹਾਏ। ਔਰ ਸਰਦਾਰ ਜੀ ਕੇ ਲਈ ਵੀ ਇਹ ਪਿਆਰ ਕਰਨੀਆ। ਇਹ ਲਓ ਜੀ, ਲਾਹੌਰ ਦੀਆਂ ਸ਼ਾਮਾਂ ਦੇਖਣ ਦੇ ਲਈ ਪਹੁੰਚ ਗਏ ਆ ਤੇ ਹਵੇਲੀ ਦੇ ਕੋਲ। ਤੁਹਾਨੂੰ ਪਤਾ ਹੈ ਰੌਣਕਾਂ ਲੱਗਦੀਆਂ ਲਾਹੌਰ 'ਚ ਹੈ, ਤੇ ਉਹ ਸਾਰੀਆਂ ਹੁਣ ਇਹ ਢਿੱਲੋਂ ਸਾਹਿਬ ਨਾਸਰ ਢਿੱਲੋਂ ਬਾਈ ਜਿੰਦਾਬਾਦ, ਪਹਿਲੇ ਦਿਨ ਹੀ ਸਾਨੂੰ ਇੱਥੇ ਹਵੇਲੀ ਆ ਗਏ ਜੀ। ਹਾਂਜੀ, ਠੀਕ ਹੈ ਜੀ। ਇਹ ਕਹਿੰਦੇ ਡਿਨਰ ਦੋਸਤਾਂ ਦਾ ਸੀ, ਨਾਲ ਹੀ ਵੀ ਤੁਹਾਡਾ ਹੋ ਜੂਗਾ ਹੈ, ਨਾਲੇ ਟੌਹਰ ਬਣ ਜੂਗੀ ਵੀ ਪਹਿਲੇ ਦਿਨ ਹੀ ਹਵੇਲੀ ਲੈ ਆਏ ਯਾਰ ਹੈ। ਓ ਵਾਹ, ਕਿਆ ਬਾਤ ਹੈ ਜੀ, ਲਾਹੌਰ ਦੀਆਂ ਰੌਣਕਾਂ ਤੇ ਬੰਦੇ ਇੱਥੇ ਸਿੰਘ ਗਾਣੇ ਗਾਉਣ ਵਾਲੇ ਵੀ ਆ ਜਾਂਦੇ ਨੇ। ਹਾਂ ਬਈ ਮੁੰਡਿਆ, ਕੀ ਹਾਲ ਚਾਲ ਹੈ? ਠੀਕ ਹੈ। ਨਾਮ ਕੀ ਹੈ ਤੇਰਾ? ਮੇਰਾ ਨਾਮ ਜੀ ਸਿੱਧੂ ਮੂਸੇਵਾਲਾ। ਸਿੱਧੂ ਮੂਸੇਵਾਲਾ? ਹਾਂਜੀ, ਸਿੱਧੂ ਪੰਜਾਬ ਵਾਲਾ ਸਿੱਧੂ ਮੂਸੇਵਾਲਾ। ਹਾਂਜੀ ਹਾਂਜੀ, ਤੂੰ ਲੈਂਦੇ ਪੰਜਾਬ ਦਾ ਸਿੱਧੂ ਮੂਸੇਵਾਲਾ? ਪਾਕਿਸਤਾਨੀ ਜੀ, ਪਾਕਿਸਤਾਨੀ। ਪਾਕਿਸਤਾਨੀ, ਚਲ ਕੀ ਸੁਣਾਏਗਾ ਫਿਰ? ਮੈਂ ਤੁਹਾਨੂੰ ਸੌਂਗ ਇੱਕ ਪਿਆਰਾ ਸਾ ਸੁਣਾਵਾਂਗਾ। ਜਾ ਸੁਣਾ ਦੇ, ਜੋ ਮਰਜ਼ੀ ਸੁਣਾ ਦੇ, ਇਹਨੂੰ ਧੱਕਾ ਨਾ ਕਰ ਇਹਦੇ ਨਾਲ, ਇਹ ਸੁਣਾ ਦੇ ਤੂੰ। ਹਾਂ, ਇਹਦੇ ਤੇ ਫੋਕਸ ਨਾ ਕਰ, ਤੂੰ ਗਾਣੇ ਤੇ ਫੋਕਸ ਕਰ ਆਪਦਾ। ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ, ਇੱਕ ਅਸਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ। ਤੇਰੇ ਗੱਲਾਂ ਦੇ ਸੀ ਲੋਕ ਮਿਲਦੇ ਨੀ, ਮੈਂ ਅਸਲੇ ਤੇ ਜਾਣ ਲਿਆ ਤੇਰੀ। ਪੁੱਤ ਜੀ ਦੀ ਅਮਟੀਰ ਕੁੱਕਦੀ ਨੀ, ਮੈਂ ਮੂਸੇ ਪਿੰਡ ਆਉਣ ਲਿਆ ਤੇਰੀ। ਗਾਣਾ ਗਲਤ ਗਾ, ਕਾ ਜੀ ਲਾਡਾ ਮਿੱਟੀਏ ਆਟੇ ਵਾਂਗੂ ਕਿਹੜਾ ਗੁਨਿਆ। ਅੱਖਰ ਖਾਈਆਂ ਨਾ ਤੂੰ, ਅੱਖਰ ਮੂਸੇ ਵਾਲੇ ਦੇ। ਅਸਲਾਂ ਦੇ ਜੱਟ ਨੂੰ ਵਾਹ ਬਾਈ ਬਾਈ ਕਹਿੰਦੀ ਦੁਨੀਆ। ਕੀ ਬਾਤ ਹੈ, ਸਾਡਾ ਲਿਵਿੰਗ ਸਟਾਈਲ ਹੈ ਟੇਡਾ ਨੀ, ਸਾਡਾ ਸਵੀਮਿੰਗ ਸਟਾਈਲ ਹੈ ਯਾਰ। ਗੱਲ ਸੁਣ, ਕਿੰਨੀ ਦੇਰ ਹੋਈ ਹੋ ਹਿਸਾਬ ਕਿਤਾਬ ਕੀਤੇ ਨੂੰ? ਬਾਬਾ ਦੇਰ ਹੋ ਗਏ, ਮੈਂ ਦੋ ਤਿੰਨ ਸਾਲ ਬਾਈ ਹਿਸਾਬ ਕਿਤਾਬ ਕਿਹੜਾ? ਸਮਾਨੀ ਫਿਰ ਚੜੂਗੀ ਸੂਈ ਲਾ ਕੇ ਕੁਛ, ਹੈ ਨਾ, ਫਿਰ ਗਾਏਗਾ ਅਸਲ ਰੰਗ ਹੈ ਕਿ ਨਹੀਂ? ਸਹੀ ਹੈ, ਚਲ ਸੁਣਾ ਦੇ ਨਾ। ਧੰਨਵਾਦ ਯਾਰ, ਧੰਨਵਾਦ, ਬਹੁਤ ਮਿਹਰਬਾਨੀ, ਤੁਹਾਨੂੰ ਦੇ ਦਿੰਦੇ 1000 ਰੁਪਏ ਹੈ, ਕਰ ਦਿੰਦੇ ਹਾਂ ਸੇਵਾ ਤੇਰੀ। ਬਸ ਬਸ, ਆਪਾਂ ਸੁਣਨਾ ਹੀ ਸੀਗਾ। ਹਾਂਜੀ, ਹੋਰ ਜੀ ਠੀਕ ਠਾਕ? ਇਹ ਦੇਖੋ ਜੀ, ਐਂ ਰੌਣਕ ਮੇਲਾ ਇੱਥੇ ਲੱਗਿਆ ਰਹਿੰਦਾ, ਆਹ ਤੋਤੇ ਤੂਤੇ ਸਾਰਾ ਕੁਛ ਇੱਥੇ ਤੇ ਇਹ। ਹਾਂਜੀ, ਆ ਜਾਓ ਆ ਜਾਓ, ਫੋਟੋ ਲੈ ਲਓ ਜੀ, ਇਹ ਲਹਿੰਦੇ ਪੰਜਾਬ ਵਾਲੇ ਫੈਨ ਆ ਗਏ। ਹੋ ਗਈ ਜੀ, ਇਹ ਲੈ ਇੱਕ ਤਾਂ ਇਹਦੇ ਲਾ ਕੇ ਰੱਖਦੇ ਆ ਟਾਈਮਰ ਦੇ। ਚਲੋ ਜੀ, ਸ਼ੁਕਰੀਆ। ਇਹ ਹਵੇਲੀ ਦੀ ਰੌਣਕ ਹੈ ਜੀ, ਤੁਹਾਨੂੰ ਪਤਾ ਸਭ ਤੋਂ ਵੱਧ ਰੌਣਕ ਇੱਥੇ ਰਹਿੰਦੀ ਹੈ।
ਪੂਰੇ ਮਤਲਬ ਲਾਹੌਰ ਦੀ ਜਿਹੜੀ ਰੌਣਕ ਹੈ ਨਾ ਉਹ ਇੱਥੇ ਰਹਿੰਦੀ ਹੈ। ਇੱਥੇ ਹੋਰ ਗੈਸਟ ਆਏ ਹੋਏ ਆ ਅਤੇ ਮਹਿਮਾਨ ਬਾਕੀ ਕਿੱਥੋਂ ਆਏ ਆਪਣੇ? ਅਮਰੀਕਾ ਤੋਂ ਆਇਆ, ਕੈਨੇਡਾ ਤੋਂ ਆਇਆ। ਜਿੱਦੇ ਲਾਹੌਰ ਜਥਾ ਆ ਜਾਂਦਾ ਗਾ ਉਦੇ ਇੱਥੇ ਪੈਰ ਧਰਨੂ ਥਾਂ ਨਹੀਂ ਹੁੰਦਾ, ਸਾਰੇ ਇੱਥੇ ਤੁਰੇ ਫਿਰਦੇ ਆ। ਇੰਨੀਆਂ ਜਿਹੀਆਂ ਰੇਹੜੀਆਂ ਦੇਖੋ, ਟ੍ਰੈਡੀਸ਼ਨਲ ਚੀਜ਼ਾਂ ਸਾਰੀਆਂ ਲਾਹੌਰ ਦੀਆਂ, ਇਹ ਤੁਹਾਨੂੰ ਇੱਥੇ ਆ ਕੇ ਮਿਲਣਗੀਆਂ। ਹਾਂਜੀ, ਕਿੱਦਾਂ ਭਾਅ ਜੀ, ਠੀਕ ਠਾਕ? ਪਿਛਲੇ ਵਾਰ ਬੜੇ ਗੇੜੇ ਦਿੱਤੇ ਜੀ ਇੱਥੇ। ਸਭ ਤੋਂ ਵੱਧ ਜਿਵੇਂ ਤੁਹਾਨੂੰ ਦੱਸਿਆ ਚਹਿਲ ਪਹਿਲ ਅਤੇ ਰੌਣਕ ਮੇਲੇ ਵਾਲੀ ਥਾਂ ਹੈ। ਪਹਿਲੇ ਦਿਨ ਹੀ ਮਹਿਫਲਾਂ ਸ਼ੁਰੂ ਹੋ ਗਈਆਂ, ਲਹਿੰਦੇ ਪੰਜਾਬ ਦੀਆਂ ਮਹਿਫਲਾਂ ਹਵੇਲੀ 'ਚ ਸ਼ੁਰੂ ਹੋ ਗਈਆਂ ਜੀ। ਅਤੇ ਹੁਣ ਅਸੀਂ ਚੱਲੇ ਹਾਂ ਅੰਦਰਲੇ ਪਾਸੇ, ਸਾਡੇ ਦੂਜੇ ਮਹਿਮਾਨਾਂ ਨੂੰ, ਗੈਸਟਸ ਨੂੰ ਮਿਲਣ। ਇਹ ਹੈ ਜੀ ਹਵੇਲੀ ਦਾ ਰਸਤਾ, ਤੁਹਾਨੂੰ ਅੰਦਰਲੇ ਪਾਸੇ ਦਿਖਾ ਦਈਏ ਸਾਰੀ ਹਵੇਲੀ। ਦੇਖੋ ਲਾਹੌਰ ਦੀ ਆਨ ਬਾਨ ਸ਼ਾਨ ਇਹ, ਪੂਰੇ ਲਾਹੌਰ ਦੀ ਹੈ ਨਾ ਖੁਸ਼ੀ। ਪਿਛਲੇ ਵਾਰ ਅਸੀਂ ਵੀ ਪਹਿਲੇ ਦਿਨ ਹੀ ਆਏ ਸੀ ਹੈ ਨਾ। ਹਾਂਜੀ, ਹਰ ਸਾਲ ਅਸੀਂ ਬੇਬੇ ਬਾਪੂ ਨੂੰ ਵੀ ਐਤਕੀ ਲੈ ਕੇ ਆਉਣਾ ਹੁਣ ਅਸੀਂ ਆਉਣ ਸਾਰੀ ਨਾ, ਜਦੋਂ ਲਾਹੌਰ ਉਹਨਾਂ ਨੇ ਆ ਜਾਣਾ ਜਥੇ ਦੇ ਨਾਲ, ਅਤੇ ਉਹਦੀ ਉਹਨਾਂ ਨੂੰ ਜੀ ਇੱਥੇ ਲੈ ਆਉਣਾ ਸੀ। ਹਾਂਜੀ, ਲਿਫਟ ਆ ਗਈ, ਚਲੋ ਜੀ। ਲਓ ਜੀ, ਹਵੇਲੀ ਦੇ ਟੌਪ 'ਤੇ ਪਹੁੰਚ ਗਏ ਹਾਂ। ਟੌਪ 'ਤੇ ਇੱਥੇ ਰੈਸਟੋਰੈਂਟ ਆ ਬਣਿਆ ਹੋਇਆ। ਹਵੇਲੀ ਹੁਣ ਤੁਹਾਨੂੰ ਇਹ ਘੁਮਾਉਂਦੀ ਰਹਿਣੀ ਹੈ, ਅਸੀਂ ਇੱਥੇ ਆਉਂਦੇ ਰਹਿਣਾ ਹੈ। ਰੌਣਕ ਮੇਲਾ ਇੱਥੇ ਰਾਤ ਨੂੰ ਹੀ ਹੁੰਦਾ, ਡੇ ਟਾਈਮ ਇੱਥੇ ਇੰਨਾ ਕੁਛ ਹੁੰਦਾ ਨਹੀਂ। ਅਸੀਂ ਦਿਨੇ ਵੀ ਆਏ ਹਾਂ, ਸਭ ਤੋਂ ਵੱਧ ਮਹਿਫਲਾਂ ਰਾਤ ਨੂੰ ਲੱਗਦੀਆਂ। ਵਾਹ ਬਈ ਵਾਹ, ਕੀ ਬਾਤ ਹੈ, ਇੱਕ ਕੌਣ ਮਿਲ ਗਿਆ। ਕਿਵੇਂ ਸਾਮੀ? ਠੀਕ ਹੈ, ਵਧੀਆ ਵਧੀਆ। ਤੂੰ ਸੁਣਾ ਕਿਵੇਂ ਭਰਾ, ਚੜ੍ਹਦੀ ਕਲਾ? ਸ਼ੁਕਰ ਆ ਤੂੰ ਮਿਲਿਆ ਸਾਨੂੰ। ਅੱਛਾ, ਇਹ ਮਿਲ ਗਿਆ ਸਾਡਾ ਭਰਾ ਪਹਿਲੇ ਦਿਨ ਹੀ। ਮਿਲ ਗਿਆ ਮਿਲ ਗਿਆ ਮਿਲ ਗਿਆ ਭਾਈ, ਮਿਲ ਗਿਆ। ਇਹਨੇ ਮੁਹੱਬਤਾਂ ਬਹੁਤ ਵੰਡੀਆਂ ਸਾਡੇ ਲਈ, ਰੱਖੀ ਹੈ ਕਿ ਨਾ ਕੁਛ? ਬਹੁਤ ਰੱਖੀ ਆ। ਅੱਛਾ, ਉਹ ਤੁਹਾਡੇ ਲਈ ਮੁਹੱਬਤਾਂ ਨੇ ਬਸ, ਹਵੇਲੀ ਦੀ ਛੱਤ ਦੇ ਉੱਪਰ ਇੱਥੋਂ ਦਿਖਦਾ ਜੀ ਬਾਦਸ਼ਾਹੀ ਮਸਜਿਦ ਦਾ ਵਿਊ। ਅੱਜ ਥੋੜੀ ਧੁੰਦ ਹੈ, ਦੇਖ ਨਹੀਂ ਰਿਹਾ। ਇੱਥੇ ਦਾ ਜਿਹੜਾ ਉਹ ਸਾਹਮਣੇ ਦੇਖੋ, ਲਾਹੌਰ ਦੇ ਜਿਹੜਾ ਰੌਣਕ ਮੇਲਾ ਉਹ ਇੱਥੇ ਹੁੰਦਾ ਅਸਲ 'ਚ। ਅਤੇ ਖੁਸ਼ਬੂ, ਲਾਹੌਰ ਦੀਆਂ ਖੁਸ਼ਬੂ ਅਤੇ ਇੱਥੇ ਆਉਣੀ ਸ਼ੁਰੂ ਹੋ ਗਈ ਲਾਹੌਰ ਦੇ ਸ਼ਾਹੀ ਖਾਣੇ ਦੀ। ਲਓ ਜੀ, ਲਓ ਲਓ, ਇਹ ਆ ਗਿਆ ਜੀ UK ਵਾਲਾ USA ਵਾਲਾ ਜਥਾ ਕਲਵੰਤ ਭਾਅ ਜੀ। ਇਹਦਾ ਨਵਾਂ ਲੈ ਕੇ ਆਇਆ, ਚਲੋ
ਹੋਰ ਸਾਮੀ ਕੀ ਹਾਲ ਚਾਲ? ਸੰਘ ਹਟ ਗਿਆ ਸੀਗਾ ਸਾਨੂੰ ਦੱਸਤਾ ਡਾਲਰ ਇੰਨੇ ਵਰੇ ਸਾਮੀ ਨੂੰ ਇਹ ਬਾਹਰਲੇ ਬੰਦੇ ਬਈ ਸਾਮੀ ਨੂੰ ਡਾਲਰ ਦੇ ਕੇ ਜਾਇਆ ਕਰੋ ਕਿਉਂ ਜੀ ਡਾਲਰਾਂ ਦਾ ਚਿਹਰੇ ਤੇ ਨੂਰ ਹੈ। ਚਲੋ ਬੈਠੋ ਯਾਰ। ਵਾਹ ਕੀ ਬਾਤ ਹੈ। ਇਹ ਲਓ ਜੀ, ਲਾਹੌਰ ਦੇ ਖਾਣੇ ਦੀ ਖੁਸ਼ਬੂ ਪਹੁੰਚ ਗਈ ਸਾਡੇ ਕੋਲ। ਇਹ ਦੇਖ ਲਓ, ਮੈਨੂੰ ਐਂ ਲੱਗਦਾ ਵੀ ਟੇਸਟ ਸਵਾਦ ਮਹਿਕ ਉਹੀ ਰਹੂਗੀ, ਸਾਰ ਬਦਲਦੇ ਰਹਿਣੇ ਆ। ਕਿਉਂ ਜੀ? ਬਿਲਕੁਲ ਇਸੇ ਤਰ੍ਹਾਂ ਹੀ ਹੈ। ਹਾਂਜੀ, ਪਹਿਲੇ ਦਿਨ ਹੀ ਦੇਖ ਲਓ ਹੋ ਗਿਆ ਕੰਮ ਸ਼ੁਰੂ। ਹਾਂਜੀ, ਲਾਹੌਰ ਦੇ ਲਾਹੌਰ ਐਵੇਂ ਨਹੀਂ ਕਹਿੰਦੇ, ਲਾਹੌਰ ਦੇ ਖਾਣਿਆਂ ਦਾ ਸਵਾਦ ਹੀ ਲੱਗ ਹੈ। ਲਾਹੌਰ ਦਾ ਨਾ ਜਿਹੜਾ ਮੌਸਮ ਹੈ, ਹੋਪਸੋ ਥੋੜ੍ਹੇ ਜਿਹੇ ਦਿਨਾਂ 'ਚ ਕਲੀਅਰ ਹੋਊਗਾ ਇਹ, ਅਤੇ ਫਿਰ ਲਾਹੌਰ ਘੁੰਮਾਂਗੇ ਅਸੀਂ। ਅਤੇ ਫਿਲਹਾਲ ਤਾਂ ਧੂੰਆਂ ਹੀ ਧੂੰਆਂ ਆਪਣੇ ਪੰਜਾਬ ਵਾਲੀ, ਪੰਜਾਬ ਨੂੰ ਵੀ ਵੱਧ ਹੋ ਰਿਹਾ ਹਾਲ ਹੈ ਜੀ। ਅਤੇ ਚੜ੍ਹਦੇ ਪੰਜਾਬ 'ਚ ਤਾਂ ਅੰਮ੍ਰਿਤਸਰ ਇੰਨਾ ਹੈ ਨਹੀਂ ਸੀਗਾ, ਅਤੇ ਇੱਥੇ ਤਾਂ ਕਾਫੀ ਜ਼ਿਆਦਾ। ਜਿਹੜੀਆਂ ਨਾ ਲਾਹੌਰ ਦੀਆਂ ਇਹ ਸ਼ਾਮਾਂ ਹੈ ਅਤੇ ਇਹ ਮਹਿਫਲਾਂ ਹੈ, ਇਹ ਮੈਨੂੰ ਨਹੀਂ ਲੱਗਦਾ ਜਿਹੜਾ ਬੰਦਾ ਜ਼ਿੰਦਗੀ 'ਚ ਇੱਕ ਵਾਰ ਇੱਥੇ ਆ ਕੇ ਬਹਿ ਕੇ ਲੰਘ ਗਿਆ ਨਾ ਤਾਂ ਕਿ ਉਹਨੂੰ ਭੁੱਲ ਦੀਆਂ, ਹੈ ਨਾ। ਅਤੇ ਪਹਿਲਾ ਦਿਨ ਹੈ ਸਾਡਾ, ਦੇਖ ਲਓ ਪਹਿਲੇ ਦਿਨ ਇਹ ਸ਼ੁਰੂ ਹੋ ਗਈਆਂ, ਅਤੇ ਇਹ ਮੈਨੂੰ ਲੱਗਦਾ ਜਿੰਨਾ ਟਾਈਮ, ਹਾਂਜੀ ਜਿੰਨਾ ਟਾਈਮ ਅਸੀਂ ਇੱਥੇ ਰਹਿਣਾ, ਇਹ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ। ਅਤੇ ਲਾਹੌਰ ਬਾਰੇ ਸੁਣਦੇ ਹੁੰਦੇ ਸੀ ਕਿ ਸਾਰੀ ਰਾਤ ਜਾਗਣ ਵਾਲਾ ਸ਼ਹਿਰ ਹੈ, ਅਤੇ ਵਾਕਈ ਇਹ ਗੱਲ ਸੱਚ ਹੈ। ਅਤੇ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ, ਪਹਿਲੇ ਦਿਨ ਹੀ ਮਤਲਬ ਅਸੀਂ ਬੈਠੇ ਹਾਂ 10-11 ਤੇ 1-2 10-11 ਵਜੇ ਸ਼ੁਰੂ ਹੁੰਦੀਆਂ। ਅੱਜ ਵੀ 2 ਵਜਾ ਦੇਣੇ ਸੀ, ਪਰ ਸਾਨੂੰ ਫਿਕਰ ਇਹ ਹੈ ਕਿ ਮੰਮੀ ਡੈਡੀ ਉੱਥੇ ਪਹੁੰਚਣ ਵਾਲੇ ਆ। ਤੇ ਅਸੀਂ ਹੁਣ ਤੁਹਾਨੂੰ ਦਿਖਾਉਂਦੇ ਰਹਿਣਾ ਹਜੇ ਜਿੰਨੇ ਸਾਡੇ ਮਿੱਤਰ ਵਿਕਾਸ ਤੇ ਜਾਂ ਹੋਰ ਜਿੰਨੇ ਨੂੰ ਪਹਿਲਾਂ ਤੁਸੀਂ ਮਿਲਦੇ ਰਹੇ ਹੋ ਨਾ, ਉਹਨਾਂ ਸਾਰਿਆਂ ਨੂੰ ਹੌਲੀ ਹੌਲੀ ਮਿਲਦੇ ਰਹਾਂਗੇ ਤੇ ਨਾਲ ਤੁਹਾਨੂੰ ਮਿਲਾਉਂਦੇ ਰਹਾਂਗੇ। ਲਓ ਜੀ, ਤੇ ਡਿਨਰ ਕਰ ਲਿਆ, ਚੱਲੀਏ। ਉਹ ਭਾ ਕੀ ਹਾਲ ਹੈ ਤੇਰਾ? ਮੈਂ ਤੈਨੂੰ ਡਿੱਕੀ ਜਾਂਦਾ ਯਾਰ, ਕਿੱਦਾਂ ਦਾ? ਠੀਕ ਹੈ ਸਾਮੀ, ਆ ਫੜ ਯਾਰ ਬਾਈ ਨੂੰ ਮਿਲੀਏ। ਤੇਰੇ ਨਾਲ ਤਾਂ ਚੋਲ ਮੋਲ ਕਰਨ ਨੂੰ ਜੀ ਕਰਦਾ ਯਾਰ, ਆ ਨੱਕ ਜਾ ਖਾ ਜਾ ਸਾਮੀ ਇਹਦਾ, ਮੈਂ ਦੰਦੀ ਵੜਾ ਜਿਵੇਂ ਟਮਾਟੇ ਤੇ ਦੰਦੀ ਵੜਦੇ ਹੁੰਦੇ ਆ, ਉਹ ਤਾਂ ਹੱਸੀ ਜਾਂਦਾ ਹੈਂ। ਚੱਲ ਮਿਲ ਕੇ ਚੰਗਾ ਲੱਗਿਆ ਭਰਾਵਾ, ਅਸੀਂ ਮਿਲਦੇ ਰਵਾਂਗੇ ਹੁਣ ਤੈਨੂੰ ਇੱਥੇ, ਇੱਥੇ ਹਾਂ 1 ਮਹੀਨਾ, ਹਾਂ 1 ਮਹੀਨਾ ਇੱਥੇ ਹਾਂ, ਮਿਲਦੇ ਰਵਾਂਗੇ। ਠੀਕ ਹੈ, ਹਾਂ ਸ਼ੁਕਰੀਆ, ਮਿਹਰਬਾਨੀ, ਹਾਂ ਧੰਨਵਾਦ। ਇਹ ਢਿੱਲੋਂ ਸਾਹਿਬ ਨੂੰ ਹੁਣ ਅਸੀਂ ਛੁੱਟੀ ਦੇਣ ਲੱਗੇ ਹਾਂ ਜਾਂ ਇਹ ਸਾਨੂੰ ਦੇਣ ਲੱਗੇ ਆ? ਤੁਸੀਂ ਦੇਣ ਲੱਗੇ ਇਹਨਾਂ ਨੂੰ ਹੁਣ 3-4 ਦਿਨ ਬਾਅਦ ਮਿਲਣਾ ਸੀ, ਕਿਉਂਕਿ ਅਸੀਂ ਨਾ ਬੇਬੇ ਬਾਪੂ ਨਾਲ ਤੁਹਾਨੂੰ ਪਤਾ ਜਥੇ ਨਾਲ ਘੁੰਮ ਰਹੇ ਹਾਂ, ਅਤੇ ਤਾਂ ਕਰਕੇ ਠੀਕ ਹੈ। ਅਤੇ ਬਾਕੀ ਵੀਜ਼ਾ ਤਾਂ ਦੂਆ ਵਾ, ਹਾਂਜੀ ਖੁੱਲ੍ਹਾ ਵੀਜ਼ਾ, ਲੇਕਿਨ ਬਾਪੂ ਉਹਨਾਂ ਨੂੰ ਟਾਈਮ ਦੇਣਾ, ਹਾਂ ਅਸੀਂ ਉਹਨਾਂ ਨੂੰ ਜੁਆਇਨ ਕਰਨਾ। ਅਤੇ ਕਾਨਫਰੰਸ 'ਤੇ ਆਪਾਂ ਇਕੱਠੇ ਹੋਣਾ, ਜਿੰਨੇ ਵੀ ਲੋਕ ਵਹਿੰਦੇ ਨੇ ਕਾਨਫਰੰਸ ਤੇ ਆਉਣਾ, ਸਾਰਿਆਂ ਨੇ ਇਕੱਠੇ ਹੋਣਾ ਆਪਾਂ, 18-19-20 ਮਹਿਫਲਾਂ ਚੱਲਦੀਆਂ ਰਹਿਣੀਆਂ, ਮਹਿਫਲਾਂ ਚੱਲਦੀਆਂ ਰਹਿਣਗੀਆਂ। ਹਾਂ ਚਲੋ ਮਿਲਦੇ ਹਾਂ ਜੀ, ਓਕੇ ਸ਼ੁਕਰੀਆ।
ਸਪੈਸ਼ਲ ਧੰਨਵਾਦ ਬਹੁਤ ਬਹੁਤ ਤੁਹਾਡਾ ਹੈ ਨਾ। ਚਲੀਏ ਜੀ, ਚਲੋ ਲਓ ਜੀ ਲਈਏ ਅਲਵਿਦਾ ਹਵੇਲੀ ਤੋਂ। ਹਵੇਲੀ ਤੋਂ ਨਿਕਲਣ ਨੂੰ ਜੀ ਨਹੀਂ ਕਰਦਾ ਕਿਸੇ, ਕਿਉਂ ਸੰਮੀ ਵੀਰੇ? ਹੈਂ ਇੰਨੀ ਰੌਣਕ ਹੀ ਇੰਨੀ ਹੁੰਦੀ ਹੈ ਇੱਥੇ। ਤੁਸੀਂ ਆਉਂਦੇ ਹੋ ਫਿਰ ਰੌਣਕ ਹਰ ਜਗ੍ਹਾ ਤੇ ਲੱਗੀ। ਨਵੰਬਰ 'ਚ ਤਾਂ ਰੌਣਕ ਇੱਥੇ ਜ਼ਿਆਦੀਆਂ ਲੱਗਦੀਆਂ ਕੁਛ, ਮੈਨੂੰ ਲੱਗਦਾ ਜਿਨ੍ਹਾਂ ਦਿਨਾਂ 'ਚ ਜਥਾ ਆਉਂਦਾ ਗੁਰਪੁਰਬ ਹੁੰਦਾ। ਹੈਂ ਸਹੀ ਹੈ, ਉਦੋਂ ਸਰਦਾਰ ਫਿਰਦੇ ਰਹਿੰਦੇ ਆ ਲਾਹੌਰ 'ਚ, ਸਰਦਾਰਾਂ ਨਾਲ ਲਾਹੌਰ ਭਰਿਆ ਰਹਿੰਦਾ ਨਵੰਬਰ ਦੇ ਮਹੀਨੇ। ਹੈ ਨਾ ਜੀ ਹਵੇਲੀ ਚ ਦੇਖੋ ਪੁਰਾਣਾ ਸਮਾਨ ਵੀ ਰੱਖਿਆ ਹੋਇਆ ਇਹਨਾਂ ਨੇ। ਇਹ ਜਦੋਂ ਵੀ ਤੁਸੀਂ ਭਾਵੇਂ ਜਥੇ ਵਾਲੀ ਵੀਜੇ ਤੇ ਆਓ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਜਮੀ ਨੇੜੇ ਇਹ, ਅਤੇ ਇਹਦਾ ਟੇਸਟ ਜ਼ਰੂਰ ਕਰਕੇ ਆਇਓ। ਜੇ ਇੱਥੇ ਆ ਕੇ ਤੁਸੀਂ ਮਤਲਬ ਪੂਰੇ ਲਾਹੌਰ ਦੀ ਖੂਬਸੂਰਤੀ ਨੂੰ ਹੀ ਦੇਖ ਲਿਆ, ਇਹਨੂੰ ਦੇਖ ਲਿਆ ਹੈ ਨਾ, ਇਹ ਹਵੇਲੀ ਨੂੰ। ਅੰਦਰਲੇ ਪਾਸੇ ਕਾਫੀ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ, ਘੁੰਮਣ ਫਿਰਨ ਵਾਲੀ ਕਾਫੀ ਵੱਡੀ ਹੈ, ਅਤੇ ਉਹ ਫਿਰ ਕਿਸੇ ਦਿਨ ਤੁਹਾਨੂੰ ਦਿਖਾਵਾਂਗੇ। ਹੁਣ ਅੱਜ ਹਾਂਜੀ ਹੈਰੀਟੇਜ ਪੁਰਾਣੀ ਇੱਕ ਵਾਈਬ ਹੈ ਇੱਥੇ। ਲਓ ਜੀ ਨਿਕਲੀਏ ਬਾਹਰ। ਲਾਹੌਰ ਦੀ ਇਹ ਗੱਲ ਮੈਨੂੰ ਵਧੀਆ ਲੱਗੀ, ਜਿਹੜਾ ਸਾਰੀ ਰਾਤ ਜਾਗਦਾ ਇਹ ਚੀਜ਼ ਨਹੀਂ ਕਦੇ ਦੇਖੀ। ਤੁਹਾਨੂੰ ਪਤਾ ਹੈ ਅਸੀਂ ਪਿਛਲੇ ਸਾਲ ਜਦੋਂ ਪਾਕਿਸਤਾਨ ਆਏ ਸੀ ਨਾ, ਉਹ ਤੋਂ ਬਾਅਦ ਅਸੀਂ ਕੋਈ 14 ਕੁ ਕੰਟਰੀ ਦੁਆਰਾ ਘੁੰਮ ਕੇ ਇੱਥੇ ਆਏ ਹਾਂ, ਅਤੇ ਜਿਹਦੇ 'ਚ ਯੂਰਪ ਦੇ ਕੰਟਰੀਜ਼ ਹੈ ਮੋਸਟਲੀ, ਕੈਨੇਡਾ ਵੀ ਜਾਏ, 13-14 ਮੁਲਕ ਘੁੰਮਣ ਤੋਂ ਬਾਅਦ ਇੱਥੇ ਹੈ। ਪਰ ਜੋ ਲਾਹੌਰ ਦੀ ਖੂਬਸੂਰਤੀ ਹੈ ਨਾ, ਇਸ ਸ਼ਹਿਰ ਦੀ ਰਾਤ ਨੂੰ ਮਹਿਫਲਾਂ ਇੱਥੇ ਲੱਗਦੀਆਂ, ਰਾਤ ਨੂੰ ਜਾਗਦਾ ਹੈ ਸ਼ਹਿਰ, ਉਹ ਮਤਲਬ ਟੋਰਾਂਟੋ ਹੋ ਗਿਆ, ਲੰਡਨ ਹੋ ਗਿਆ, ਆਪਣੀ ਜਗ੍ਹਾ ਇੱਕ ਟ੍ਰੈਡੀਸ਼ਨਲ ਚੀਜ਼ਾਂ ਜੋ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਉਹ ਨਹੀਂ ਕਿਤੇ ਲੱਭਦੀਆਂ ਹੈਗੀਆਂ। ਐਵੇਂ ਨਹੀਂ ਕਹਿੰਦੇ ਲਾਹੌਰ ਲਾਹੌਰ ਹੀ ਹੈ। ਇਹ ਲਓ ਜੀ ਮਹਿਫਲਾਂ ਦੇਖੋ ਲੱਗਦੀਆਂ, ਕਵਾਲੀਆਂ ਹੈ। ਇਹ ਕਵਾਲੀਆਂ ਜਾਂਦੀਆਂ ਖੁਸ਼ੀ ਰਿਬਨ ਖੁਸ਼ੀ ਕੇ ਲੀਏ ਇੱਕ ਜੁਮਲਾ ਪੇਸ਼ ਕਰੂੰਗਾ ਔਰ ਸਰਦਾਰ ਜੀ ਕੇ ਲੀਏ ਵੀ। ਏ ਪਿਆਰ ਕਰਨੀਆ ਤੈਨੂੰ ਪਿਆਰ
ਸਰਦਾਰ ਜੀ ਕੇ ਲਈ ਮੈਂ ਜੁਮਲਾ ਪੇਸ਼ ਕਰ ਰਹਾ ਹੂੰ ਆਖਰੀ ਆਖਰੀ ਜੁਮਲਾ ਆਖਰੀ ਖੁਸ਼ੀ ਖੁਸ਼ੀ ਸਰਦਾਰ ਜੀ ਰਿਬਨ ਸਾਹਿਬ ਔਰ ਖੁਸ਼ੀ ਕੇ ਲਈ ਆਖਰੀ ਜੁਮਲਾ ਤੁਝਕੋ ਰੱਖੂਗਾ ਕਰਕੇ ਲਾਹੌਰ ਵਧੀਆ ਲੱਗਦਾ ਦੇਖ ਲਿਆ ਸਾਡੇ ਸੰਮੀ ਭਰਾ ਹੋਰੀ ਪਹਿਲੇ ਦਿਨ ਲੱਗ ਗਏ ਕਹਿੰਦਾ ਇਹ ਨਾ ਸੋਚੀ ਕਿਸੇ ਹੋਰ ਨਾਲ ਮੁਹੱਬਤ ਹੈ ਇੱਕ ਤੇਰੇ ਨਾਲ ਤੇ ਦੂਜਾ ਲਾਹੌਰ ਨਾਲ ਮੁਹੱਬਤ ਹੈ ਵਾਹ ਸੰਮੀ ਬੰਦੇ ਯਾਰ ਤੁਹਾਡੇ ਕੋਲੇ ਬੜੇ ਆਉਂਦੇ ਜਾਂਦੇ ਆ ਮੁਹੱਬਤ ਕਿਹਦੇ ਨਾਲ ਵੱਧ ਆਇਆ ਤੇਰੇ ਨਾਲ ਜ਼ਿਆਦਾ ਮੇਰੇ ਨਾਲ ਜ਼ਿਆਦਾ ਹਾਏ ਝੂਠ ਬੋਲਦਾ ਹਰੇਕ ਨੂੰ ਇਹ ਗੱਲ ਕਹਿੰਦਾ ਹੈਗਾ ਹਰੇਕ ਨੂੰ ਇਹ ਗੱਲ ਕਹਿੰਦਾ ਹੈਗਾ ਇਹ ਸਾਡਾ ਸਾਡੀ ਭੈਣ ਤੇ ਸਾਡਾ ਭਰਾ ਸਾਡੇ ਕੋ ਆਉਂਦਾ ਰਵੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਆ ਚੱਲੀਏ ਹੁਣ ਵਾਰੀ ਤੇ ਆਏ ਹਲੇ ਨਹੀਂ ਭੁੱਲੇ ਤਾਂ ਫੇਰ ਆ ਗਏ ਅਜੇ ਤਾਂ ਪਿਛਲੀ ਵਾਰ ਦੀਆਂ ਯਾਦਾਂ ਸਾਡੇ ਕੋਲ ਇੰਨੀਆਂ ਸੀਗੀਆਂ ਲਾਹੌਰ ਦੀਆਂ ਤੇ ਖੈਰ ਤਾਂ ਭੱਖਦੇ ਰਹਿਣੇ ਇਹ ਜਿਹੜੇ ਗੇੜੇ ਆ ਨਾ ਇਹ ਹਾਂ ਥੋੜ੍ਹਾ ਜਿਹਾ ਹੋਰ ਹਜੇ ਵਧੀਆ ਹੋਊਗਾ ਆਉਣ ਵਾਲੇ ਦਿਨਾਂ 'ਚ ਕਿਉਂਕਿ ਅਜੇ ਅੱਜ ਹੀ ਜਥਾ ਪਹੁੰਚਿਆ ਹੈਗਾ ਅੱਜ ਹੀ ਸਾਰੇ ਪੰਜਾਬ ਤੋਂ ਪਹੁੰਚੇ ਆ ਅਤੇ ਹੋ ਮੈਨੂੰ ਲੱਗਦਾ ਜਦੋਂ ਅਸੀਂ ਪਿਛਲੀ ਵਾਰੀ ਗਏ ਸੀ ਭੀੜ ਬਹੁਤ ਸੀ ਹੈ ਨਾ ਰੌਣਕ ਮੇਲਾ ਜ਼ਿਆਦਾ ਸੀਗਾ ਪਰ ਮੇਲਾ ਤਾਂ ਹੋਊਗਾ ਤੁਹਾਨੂੰ ਇੱਕ ਦੋ ਦਿਨ ਫਿਰ ਇਹਨੂੰ ਖੂਬ ਘੁਮਾਵਾਂਗੇ ਆਸੇ ਪਾਸੇ ਜੁੜੇ ਰਹੇ ਹੋ ਹੁਣ ਲਾਹੌਰ ਤੋਂ ਤੁਸੀਂ ਆਪਣੇ ਨਾਲ ਘੁਮਾਉਂਦੇ ਰਹੋ ਸੋਹਣੀਆਂ ਸੋਹਣੀਆਂ ਥਾਵਾਂ ਤੁਹਾਨੂੰ ਲਾਹੌਰ ਦੀਆਂ ਸਤਿ ਸ਼੍ਰੀ ਅਕਾਲ।